ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕਾਰੀ جاسੂਸ ਸਰਕਾਰ ਦੇ ਗੁਲਾਮ ਸਰਕਾਰ ਦੇ ਚਾਪਲੂਸ ਦਿੱਲੀ ਕਮੇਟੀ ਦਾ ਪ੍ਰਧਾਨ ਹਰਮੀਤ ਕਾਲਕਾ ਜਗਦੀਪ ਕਾਲੋਦੀ ਪ੍ਰੈਸ ਕਾਨਫਰੰਸ ਵੇਖ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਡਣ ਦੇ ਇਲਾਵਾ ਇਹਨਾਂ ਨੇ ਕੋਈ ਕੰਮ ਨਹੀਂ ਇਹ ਤੁਹਾਡੀ ਟੋਕਰੀ ਪਾਰਟੀ ਨਹੀਂ ਹੈ ਜਿਹੜੀ ਸਰਕਾਰ ਨੂੰ ਸਮਰਪਿਤ ਹੈ ਜਿਹਦੇ ਵੀ ਸਿਰਫ ਊੜਾ ਪਾਇਆ ਜਾਂਦਾ ਐ ਸ਼ਰੂਮਣੀ ਅਕਾਲੀ ਦਲ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਸ਼ਰੂਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਆ ਔਰ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਅੱਜ ਤੁਸੀਂ ਦਿਲਨੀ ਕਮੇਟੀ ਦੇ ਸਟਾਫ ਦਾ ਪੀਐਫ ਨਹੀਂ ਦੇ ਬਾਰੇ ਅੱਜ ਤੁਸੀਂ ਸਕੂਲ ਸਟਾਫ ਦੀ ਤਨਖਾਹ ਨਹੀਂ ਦੇ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ ਸਾਧ ਸੰਗਤ ਜੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਮੈਂ ਪਿਛਲੇ ਹਫਤੇ 10 ਦਿਨ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਕਾਰੀ جاسੂਸ ਸਰਕਾਰ ਦੇ ਗੁਲਾਮ ਸਰਕਾਰ ਦੇ ਚਾਪਲੂਸ ਦਿੱਲੀ ਕਮੇਟੀ ਦਾ ਪ੍ਰਧਾਨ ਹਰਮੀਤ ਕਾਲਕਾ ਅਤੇ ਜਲਨਸ ਕੱਤਰ ਜਗਦੀਪ ਕਲੋਦੀ ਪ੍ਰੈਸ ਕਾਨਫਰੰਸ ਵੇਖ ਰਿਹਾ ਜਿਸ ਦੇ ਵਿੱਚ ਇਹ ਆਪਣੀ ਇੱਕ ਪ੍ਰਾਪਤੀ ਨਹੀਂ ਦੱਸ ਪਾਏ ਕਿ ਕਹਿੰਦਾ ਦਿੱਲੀ ਦੀ ਸਿੱਖ ਸੰਸਥਾ ਨੇ ਕੀ ਕੀਤਾ ਹੈ ਇਨਾ ਨੇ ਸਿੱਕ ਕਾਮ ਲਈ ਕੀ ਕੀਤਾ ਕੋਈ ਇੱਕ ਗੱਲ ਨਹੀਂ ਦੱਸ ਪਾਇ ਕੋਈ ਇੱਕ ਪ੍ਰਾਪਤੀ ਨਹੀਂ ਦੱਸ ਪਾਇ ਸਿਵਾਏ ਆਪਣੇ ਆਕਾਵਾ ਦੇ ਕੈਨ ਤੇ ਆਪਣੇ ਡੈਡੀ ਦੇ ਕੈਨ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਪੰਡਣ ਦੇ ਇਲਾਵਾ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹ ਦੋਨਾ ਬੇਸ਼ਰਮਾਂ ਨੇ ਕੌਮ ਦੇ ਗੱਦਾਰਾਂ ਨੇ ਇੱਕ ਗੱਲ ਆਖੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਪੋਪ ਪੈ ਚੁੱਕਾ ਹੈ ਤਾਂ ਮੈਂ ਦੋਨਾਂ ਨੂੰ ਕੀ ਕਹਿਣਾ ਚਾਹਾਂਗਾ ਕਿ ਇਹ ਤੁਹਾਡੀ ਟੋਕਰੀ ਪਾਰਟੀ ਨਹੀਂ ਹੈ ਜਿਹੜੀ ਸਰਕਾਰ ਨੂੰ ਸਮਰਪਿਤ ਹੈ ਜਿਹਦੇ ਵੀ ਸਿਰਫ ਕੂੜਾ ਪਾਇਆ ਜਾਂਦਾ ਹੈ ਇਹ ਸ਼੍ਰੋਮਣੀ ਅਕਾਲੀ ਦਲ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਕੌਮ ਦੀ ਜਿੱਥੇ ਬੰਦੀ ਹੈ ਬੜੇ ਵੱਡੇ ਸੰਦਰਸ਼ਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਖੜਾ ਹੋਇਆ 104 ਸਾਲ ਪੁਰਾਣੀ ਪਾਰਟੀ ਹੈ ਸ਼ਹੀਦਿਆਂ ਦੇ ਅੰਗੇ ਪਾਰਟੀ ਬਣੀ ਹੈ ਕੋਈ ਸਰਕਾਰ ਦੇ ਆਸ਼ੀਰਵਾਦ ਵਾਲਾ 파ਟੀ ਨਹੀਂ ਬਣੀ ਜਿਹੜੀ ਮੁੱਕ ਜਾਏਗੀ ਭੋਗ ਪੈ ਜਾਏਗਾ ਇਹ ਪੰਜਾਬ ਦੀ ਖੇਤਰੀ ਪਾਰਟੀ ਹੈ ਜਿਹੜੀ ਪੰਜਾਬ ਦੀ ਗੱਲ ਕਰਦੀ ਹੈ ਪੰਜਾਬ ਤੇ ਭਾਈਚਾਰੇ ਦੀ ਗੱਲ ਕਰਦੀ ਹੈ ਸਿੱਖੀ ਦੀ ਗੱਲ ਕਰਦੀ ਹੈ ਸਿੱਖ ਮੁੱਦਿਆਂ ਦੀ ਗੱਲ ਕਰਦੀ ਹੈ ਇਹ ਹੋਈ ਸ਼ਰੋਬਣੀ ਅਕਾਲੀ ਪੰਥ ਹੈ ਜਿਸਨੇ ਤੁਹਾਡੇ ਵਰਗੇ ਗਦਾਰਾਂ ਨੂੰ ਪਾਲਿਆ ਤੇ ਪੋਸਿਆ ਤੇ ਅੱਜ ਇੱਥੇ ਤੱਕ ਪੁਚਾਇਆ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਆ ਔਰ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਐਸੇ ਕਈ ਹਮਲੇ ਸ਼੍ਰੋਮਣੀ ਅਕਾਲੀ ਦਲ ਤੇ ਹੋਏ ਆ ਪਿਛਲੇ ਸਮੇਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਐਸੇ ਹਮਲੇ ਆ ਜੋ ਉੱਬਰ ਕੇ ਨਿਕਲੇ ਆ ਔਰ ਵੀ ਚਮਕ ਕੇ ਨਿਕਲੇ ਆ ਸ਼੍ਰੋਮਣੀ ਅਕਾਲੀ ਦਲ ਨਾ ਕਰਵਾਣ ਵਾਲਿਆ ਚੋਅ ਨਾ ਝੁਕਵਾਣ ਵਾਲਿਆ ਚੋਅ ਨਾ ਪੱਟਣ ਵਾਲਿਆ ਚੋਅ ਅੱਜ ਦਾ ਟਾਈਮ ਕਿ ਅੱਜ ਦੀ ਮੇਰੀ ਇਹ ਗੱਲ ਲੋਡ ਕਰ ਲੈਣਾ ਅਨਵীত ਕਾਲਕਾ ਤੇ ਜਲਦੀਪ ਕਾਲੋ ਜਿਹੜੇ ਅੱਜ ਹਮਲੇ ਸ਼ਰੋਮਣੀ ਅਕਾਲੀ ਦਲ ਤੇ ਹੋ ਰਹੇ ਆ ਚਾਰੇ ਪਾਸੇ ਐਸ ਇਸ ਹਮਲਿਆਂ ਦੇ ਵਿੱਚੋਂ ਵੀ ਸ਼ਰੋਮਣੀ ਅਕਾਲੀ ਦਲ ਪੋਰ ਚਮੱਕੇ ਨਿਕਲੇ ਅੱਜ ਤੁਹਾਡੇ ਵਰਗੇ ਜਿਹੜੇ ਕਾਤਾਰ ਨੇ ਜਿਨ੍ਹਾਂ ਨੇ ਦਿੱਲੀ ਦੀ ਸਿੱਖ ਸੰਗਤ ਨਾਲ ਕਾਤਾਰੀ ਕੀਤੀ ਕੌਮ ਨਾਲ ਗਦਰਾਰੀ ਕੀਤੀ ਪੰਥ ਤੇ ਗ੍ਰੰਥ ਦਾ ਗਦਰਾਰੀ ਕੀਤੀ ਸ਼ਰੋਮਣੀ ਅਕਾਲੀ ਦਲ ਦਾ ਗਦਰਾਰੀ ਕੀਤੀ ਅੱਜ ਤਾਟੇ ਵਰਗੇ ਸਲਾਹਵਾ ਦੇਣਗੇ ਕਿ ਸ਼੍ਰੋਮੜੀਆਂ ਤਾਲੇਦਰ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਤੁਸੀਂ ਆਪਣੀ ਗੱਲ ਕਰੋ ਤੁਸੀਂ ਦਿੱਲੀ ਕਮਿਟੀ ਦੇ ਕਾਬਜ ਹੋ ਕੇ ਕੀ ਕੀਤਾ ਕੋਈ ਇੱਕ ਪ੍ਰਾਪਤੀ ਹੈ ਕੋਈ ਇੱਕ ਇਟਲਾਈਆ ਦਿੱਲੀ ਕਮਿਟੀ ਦੇ ਕਾਬਜ ਹੋ ਕੇ ਕੋਈ ਇੱਕ ਸਕੂਲ ਦੇ ਰਿਹਾ 84 ਹੁੰਦਾ ਉਹਦਾ ਕਮਰਾ ਤੱਕ ਬਣਾਇਆ ਆ ਸਕੂਲ ਦੇ ਕੀ ਹਾਲਾਤ ਹੈ ਅੱਜ ਗੁਰੂ ਅਰਪੇਸ਼ ਪਬਲਿਕ ਸਕੂਲ 700 ਕਰੋੜ ਦੇ ਕਾਕੇ ਦੇ ਵਿੱਚ ਇਸ ਇੰਸਟੀਚਿਊਟ ਦੇ ਅਨੁਸਾਰ ਤੇ ਤਾਹਨੇ ਲੱਗ ਰਹੇ ਐ ਬੰਦ ਹੋ ਰਹੇ ਐ ਐਚਟੀਯੂ ਖਾਲਸਾ ਕਾਲਜ ਦੇ ਅੰਦਰ ਜਿਸ ਕਾਲਜ ਦੇ ਬੰਨ ਕੋਈ ਆਪ ਸੱਚਾ ਕੇ ਨਹੀਂ ਵੇਖ ਸਕਦਾ ਸੀਗਾ ਉਸ ਕਾਲਜਾਂ ਦੇ ਅੰਦਰ ਸਿੱਖ ਬੱਚੇ ਦੀ ਅੰਮ੍ਰਿਤਧਾਰੀ ਬੱਚੇ ਦੀ ਪੱਕਾ ਲੈ ਰਹੀ ਅੱਜ ਤੁਸੀਂ ਦਿੱਲੀ ਕਮੇਟੀ ਦੇ ਸਟਾਫ ਦਾ ਪੀਐਫ ਨਹੀਂ ਦੇ ਪਾਰੇ ਅੱਜ ਤੁਸੀਂ ਸਕੂਲ ਸਟਾਫ ਦੀ ਤਨਖਾ ਨਹੀਂ ਦੇ ਪਾਰੇ ਤੁਸੀਂ ਗੱਲਾਂ ਕਰ ਰਹੇ ਹੋ ਆਪਣੀ ਗੱਲ ਕਰੋ ਜੋ ਤੁਹਾਡਾ ਬੁੱਢਲਾ ਸਿਧਾਂਤ ਹੈ ਦਿੱਲੀ ਕਮੇਟੀ ਦਾ ਕਿੱਥੇ ਐ ਕੋਈ ਇੱਕ ਪ੍ਰਾਪਤੀ ਹੈ ਤੁਹਾਡੀ ਕੋਈ ਇੱਕ ਗੱਲ ਦੱਸ ਦੋ ਅੱਠ ਤੁਸੀਂ ਬੰਦੀ ਸਿੰਘਾਂ ਦੇ ਨਾਲ ਨਾਲ ਖੜੇ ਹੋ ਕੇ ਸਰਕਾਰਾਂ ਦੇ ਨਾਲ ਖੜੇ ਹੋਏ ਤੁਸੀਂ ਸਵੇਰੇ ਆਪਣੇ ਘਰੋਂ ਨਿਕਲਦੇ ਹੋ ਪਹਿਲੇ ਜਾ ਕੇ ਭਾਜਪੀ ਦੇ ਦਫ਼ਤਰ ਦੇ ਵਿੱਚ ਝਾੜੂ ਮਾਰਦੇ ਹੋ ਫਿਰ ਸ਼ਾਮੀ ਆਪਣੇ ਘਰ ਜਾਣ ਤੋਂ ਪਹਿਲਾਂ ਭਾਜਪੀ ਦੇ ਦਫ਼ਤਰ ਝਾੜੂ ਮਾਰਦੇ ਹੋ ਤਾਂ ਕਿ ਤੁਹਾਡੀ ਘਰ ਦੀਆਂ ਨੂੰ ਟਿੱਕਾਂ ਮਿਲ ਜਾਣ ਆ ਤੁਸੀਂ ਪੱਕਾ ਪਾ ਕੇ ਕਿਹੜੇ ਨਾਲ ਟੁੱਲ ਪਏ ਹੋ ਅੱਜ ਤੁਹਾਨੂੰ ਪੰਗ ਦੀ ਸ਼ਰਮ ਨਹੀਂ ਰਹੀ ਐਸੀ ਪੱਗ ਕਰਕੇ ਅੱਜ ਹਿੰਦੁਸਤਾਨ ਦੇਸ਼ ਹੈ ਐਸੀ ਪੱਗ ਕਰਕੇ ਅੱਜ ਪਾਰਲੀਮੈਂਟ ਬਣੀ ਹੈ ਅਗਰ ਇਹ ਪੱਗਾ ਵਾਲਾ ਨਾ ਹੁੰਦੇ ਅਗਰੇ ਪਾਤਵਾਲੇ ਸੀੜੀ ਨਾ ਦਿੰਦੇ ਤੇ ਅੱਜ ਇਹ ਸਰਕਾਰਾਂ ਨਹੀਂ ਹੋਈਆਂ ਸੀਗੀਆਂ ਅੱਜ ਜਿੰਨਾ ਮਰਜ਼ੀ ਤੁਸੀਂ ਇਤਿਹਾਸ ਖੋਲ ਕੇ ਵੇਖ ਲਓ ਸ਼ਾਇਦ ਤੁਸੀਂ ਨਹੀਂ ਪੜਿਆ ਨਾ ਤੁਸੀਂ ਆਪਣੇ ਪੜਾ ਅੱਗੇ ਬੱਚਿਆਂ ਨੂੰ ਪੜਾਇਆ ਕਿ ਅੱਜ ਸਭ ਤੋਂ ਵੱਡੀਆਂ ਸੀਧੀਆਂ ਕੁਰਬਾਨੀਆਂ ਸਿੱਖਾਦੀ ਹੈ ਸੋਰਮੀ ਸਿੰਘ ਕਾਲਾ ਗੁਰਦੀਪ ਸਿੰਘ ਕਾਲੋ 19 ਗੰਡਾ ਹੱਤਾ ਬੰਨੋ ਜਿਹੜੀ ਖੁੱਲ ਜਾਏ ਕਿਉਂਕਿ ਹੱਤਾ ਦੀਆਂ ਗੰਡੀਆਂ ਮੂੰਹ ਦਾ ਫੋੜਨੀਆਂ ਪੈਂਦੀਆਂ ਆ ਕੋਈ ਵਾਰੀ ਦੰਦ ਵੀ ਟੁੱਟ ਜਾਂਦੇ ਆ ਆਪਣੀ ਇਹ ਸਲਾਵਾ ਸ਼ਰੋਮਣੀ ਅਕਾਲੀ ਦਲ ਨੂੰ ਦੇਣ ਤੋਂ ਪਹਿਲਾਂ ਸ਼ਰੋਮਣੀ ਅਕਾਲੀ ਦਲ ਦੇ ਲਈ ਇੱਕ ਵੀ ਲਫਜ਼ ਬੋਲਣ ਤੋਂ ਪਹਿਲਾਂ ਆਪਣੇ ਵੱਲ ਚਾਕੀ ਮਾਰੋ ਕਿ ਤੁਹਾਡੇ ਕੀ ਹਾਲਾਤ ਹੈ ਤੁਸੀਂ ਕਿੱਥੇ ਖੜੇ ਹੋ ਆ ਤੁਸੀਂ ਦਿੱਲੀ ਕਮੇਟੀ ਦੇ ਉੱਤੇ ਭਾਜਪਾ ਦਾ ਕਬਜ਼ਾ ਕਰਾ ਦਿੱਤਾ ਅਨ ਤੁਸੀਂ ਪਟਨਾ ਸਾਹਿਬ ਦੇ ਉੱਤੇ ਭਾਜਪਾ ਦਾ ਕਬਜ਼ਾ ਪਰਾ ਦਿੱਤਾ ਅਨ ਤੁਸੀਂ ਹਜੂਰ ਸਾਹਿਬ ਦੇ ਉੱਤੇ ਭਾਜਪਾ ਦਾ ਕਬਜ਼ਾ ਨਾਰਾ ਦਿੱਤਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸਿੱਖਾਂ ਦੀ ਗੱਲ ਘੱਟ ਹੁੰਦੀ ਹੈ ਤੇ ਭਾਜਪਾ ਦੀ ਗੱਲ ਜ਼ਿਆਦਾ ਹੁੰਦੀ ਹੈ ਅੱਜ ਤੁਸੀਂ ਇਸ ਹਾਲਾਤਾਂ ਵਿੱਚ ਲੈ ਕੇ ਦਿੱਲੀ ਕਮੇਟੀ ਨੂੰ ਖੜਾ ਕਰ ਦਿੱਤਾ ਕਿ ਆਹ ਨਾਲ ਜਿਹੜਾ ਦਿੱਲੀ ਕਮੇਟੀ ਦਾ ਸਮਾਂ ਜਿਹੜੇ ਦਿੱਲੀ ਕਮੇਟੀ ਨੂੰ ਜਿਹੜੇ ਵੈਂਟਰਸ ਆ ਸਨਮਾਨ ਦਿੰਦੇ ਆ ਉਹ ਆਏ ਦਿਨ ਗਾਲਾਂ ਪੜ ਕੇ ਜਾਂਦੇ ਸਾਡੇ ਪੈਸੇ ਦਿਓ ਦਿੱਲੀ ਕਮੇਟੀ ਨੂੰ ਕੋਈ 100 ਰੁਪਏ ਦਾ ਪੱਤਲ ਦੇ ਕੇ ਰਾਜ਼ੀ ਨਹੀਂ ਹ ਟੂਨੇ ਦੇ ਕੇ ਰਾਜ਼ੀ ਨਹੀਂ ਕਿਉਂ ਕਿ ਤੁਸੀਂ ਲੋਕ ਲੋਕਾਂ ਦੇ ਪੈਸੇ ਨਹੀਂ ਦੇ ਰਹੇ ਆ ਦਿੱਲੀ ਕਮੇਟੀ ਦਾ ਖਜ਼ਾਨਾ ਖਾਲੀ ਹੈ ਗੋਲਕਾਰ ਰੁਪਈਆ ਨਹੀਂ ਹੈ ਦਿੱਲੀ ਕਮੇਟੀ ਦੇ ਵਿੱਚ ਰਾਜ ਕੇ ਪ੍ਰਚਾਰ ਚਾਲ ਹੋ ਰਿਹਾ ਹੈ ਉਹ ਤੁਸੀਂ ਗੱਲਾਂ ਕਰ ਰਹੇ ਹੋ ਇਸ ਕਰਕੇ ਬੋਲਣ ਤੋਂ ਪਹਿਲਾਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਆਪਣੇ ਆਸ ਪੜੋਸ ਉੱਪਰ ਵਿੱਚ ਅੱਗੇ ਪਿੱਛੇ ਚਾਕੀ ਮਾਰ ਲਿਆ ਕਰੋ ਕਿ ਤੁਸੀਂ ਕਿੱਥੇ ਖੜੇ ਹੋ ਤੁਸੀਂ ਕਿੰਨੇ ਪਾਣੀ ਚੋ ਪਹਿਲੇ ਆਪਣੇ ਵੱਲ ਦੇਖੋ ਵਾਈਗੁਰਜੀ ਕਾਲਸਾ ਵੈਗੋਰਜੀ ਕਿਫਰ